ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਇੱਕ ਸਰਕਾਰੀ ਬਾਬੂ ਦੇ ਘਰ ਰੇਡ ਕੀਤੀ ਗਈ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਮਹਿੰਗੀਆਂ ਘੜੀਆਂ, ਨੋਟਾਂ ਦੇ ਅੰਬਾਰ, ਆਈਫੋਨ, ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜ਼ਬਤ ਕੀਤੇ ਗਏ ਨੇ। ਤਾਂ 100 ਕਰੋੜ ਤੋਂ ਵਧੇਰੇ ਦੀ ਜਾਇਦਾਦ ਦੇ ਕਾਗਜ਼ਾਤ ਵੀ ਜ਼ਬਤ ਕੀਤੇ ਗਏ ਨੇ। ਤਸਵੀਰਾਂ ਦੇਖ ਕੇ ਅਧਿਕਾਰੀ ਦੰਗ ਰਹਿ ਗਏ ਅਤੇ ਨੋਟ ਗਿਣਦੇ ਗਿਣਦੇ ਥੱਕ ਗਏ। ਹਾਲਾਂਕਿ ਨੋਟ ਗਿਣਨ ਲਈ ਮਸ਼ੀਨਾਂ ਵੀ ਮੰਗਵਾਈਆਂ ਗਈਆਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਜਦੋਂ ਛਾਪੇਮਾਰੀ ਕੀਤੀ ਗਈ ਐਸ ਬਾਲਕ੍ਰਿਸ਼ਨ ਦੇ ਟਿਕਾਣਿਆਂ 'ਤੇ ਤਾਂ 100 ਕਰੋੜ ਤੋਂ ਵਧੇਰੇ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਜਦੋਂ ਟੀਮ ਦੇ ਅਧਿਕਾਰੀ ਪਹੁੰਚਦੇ ਨੇ ਤਾਂ ਉਹ ਦੇਖਦੇ ਨੇ, ਹੈਰਾਨ ਰਹਿ ਜਾਂਦੇ ਨੇ, ਇੰਨੀ ਨਕਦੀ, ਸੋਨਾ ਅਤੇ ਮਹਿੰਗੀਆਂ ਘੜੀਆਂ, ਆਈਫੋਨ, ਲੈਪਟੋਪ ਦੇਖ ਕੇ ਹੋਸ਼ ਉੱਡ ਜਾਂਦੇ ਨੇ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਮਾਮਲਾ ਹੈ ਅਤੇ ਹਾਲੇ ਲੋਕਰਾਂ ਨੂੰ ਖੰਗਾਲ ਰਹੀ ਹੈ ਇਹ ਟੀਮ। ਤਾਂ ਦੱਸ ਦਈਏ ਕਿ ਤੇਲੰਗਾਨਾ ਦੇ ਵੱਲੋਂ ਦੀ ਸਰਕਾਰ ਦੇ ਵੱਲੋਂ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਜਿੱਥੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੇ ਸੈਕਟਰੀ ਅਤੇ ਹੈਦਰਾਬਾਦ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ ਦੇ ਸਾਬਕਾ ਡਾਇਰੈਕਟਰ ਸ਼ਿਵ ਬਾਲਕ੍ਰਿਸ਼ਨ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਜਿਸ 'ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਨੇ 100 ਕਰੋੜ ਤੋਂ ਵਧੇਰੇ ਦੀ ਸੰਪਤੀ ਦੇ ਕਾਗਜ਼ਾਤ ਜ਼ਬਤ ਕੀਤੇ ਗਏ ਨੇ। ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਕਰੋੜਾਂ ਦੀ ਕਮਾਈ ਦੱਸੀ ਜਾ ਰਹੀ ਹੈ। ਹਾਲਾਂਕਿ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਬਾਲਕ੍ਰਿਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ 'ਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਨ ਦੇ ਇਲਜ਼ਾਮ ਲੱਗੇ ਨੇ ਅਤੇ ਉਹਨਾਂ 'ਤੇ ਕੇਸ ਵੀ ਦਰਜ ਕਰ ਲਿਆ ਗਿਆ। 14 ਟੀਮਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ, 100 ਕਰੋੜ ਤੋਂ ਵਧੇਰੇ ਦੀ ਸੰਪਤੀ ਜ਼ਬਤ ਕੀਤੀ ਗਈ ਹੈ, ਨਕਦੀ, ਸੋਨਾ ਦੇ ਨਾਲ ਨਾਲ 60 ਤੋਂ ਵਧੇਰੇ ਮਹਿੰਗੀਆਂ ਘੜੀਆਂ, 14 ਆਈਫੋਨ, 10 ਲੈਪਟੋਪ ਵੀ ਜ਼ਬਤ ਕੀਤੇ ਗਏ ਨੇ। ਹਾਲੇ ਬੈਂਕ ਲੋਕਰਾਂ ਦਾ ਖੁੱਲ੍ਹਣਾ ਬਾਕੀ ਹੈ। ਦੱਸ ਦਈਏ ਕਿ ਬਾਲਕ੍ਰਿਸ਼ਨ ਦੇ ਨਾਲ ਜੁੜੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ, ਨੋਟਾਂ ਦੇ ਥੱਬੇ ਪਏ ਨੇ, ਅੰਬਾਰ ਪਏ ਨੇ, ਲੱਖਾਂ ਰੁਪਏ ਦੀਆਂ ਮਹਿੰਗੀਆਂ ਘੜੀਆਂ ਪਈਆਂ ਨੇ, ਕਰੋੜਾਂ ਰੁਪਏ ਤੁਹਾਨੂੰ ਦਿਸ ਰਹੇ ਨੇ, ਸੋਨਾ ਦਿਸ ਰਿਹਾ ਹੈ ਅਤੇ ਅਧਿਕਾਰੀ ਜਿਹੜੇ ਨੇ ਉਹ ਨੋਟ ਗਿਣਨ ਦੇ ਵਿੱਚ ਲੱਗੇ ਹੋਏ ਨੇ ਅਤੇ ਗਿਣਦੇ ਗਿਣਦੇ ਥੱਕ ਗਏ ਨੇ। ਮਸ਼ੀਨਾਂ ਮੰਗਵਾਈਆਂ ਗਈਆਂ ਨੇ। ਇੰਨੇ ਵੱਡੇ ਪੱਧਰ 'ਤੇ ਇਹ ਸ਼ਖਸ ਜਿਹੜਾ ਹੈ ਉਹ ਆਪਣੇ ਘਰ ਦੇ ਵਿੱਚ ਸਭ ਕੁਝ ਲੁਕੋਈ ਬੈਠਾ ਸੀ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਮਾਮਲਾ ਹੈ। ਦੱਸ ਦਈਏ ਕਿ ਬਾਲਕ੍ਰਿਸ਼ਨ ਇਸ ਦਾ ਨਾਮ ਹੈ ਅਤੇ ਕਈ ਅਹੁਦਿਆਂ 'ਤੇ ਪਹਿਲਾਂ ਵੀ ਰਹਿ ਚੁੱਕਿਆ ਅਤੇ ਇਸ ਵੇਲੇ ਦੱਸ ਦਈਏ ਕਿ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਅਤੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੇ ਸੈਕਟਰੀ ਹੈ ਅਤੇ ਹੈਦਰਾਬਾਦ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ ਦਾ ਡਾਇਰੈਕਟਰ ਰਹਿ ਚੁੱਕਿਆ ਹੈ ਜਿਸ ਦੇ ਟਿਕਾਣਿਆਂ 'ਤੇ ਰੇਡ ਕੀਤੀ ਗਈ ਹੈ। 100 ਕਰੋੜ ਤੋਂ ਵਧੇਰੇ ਦੀ ਸੰਪਤੀ ਜ਼ਬਤ ਕੀਤੀ ਗਈ ਹੈ ਇਸ ਅਧਿਕਾਰੀ ਦੀ। ਤਾਂ ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਸੋਨਾ ਤੁਹਾਨੂੰ ਨਜ਼ਰ ਆ ਰਿਹਾ ਹੈ, ਮਹਿੰਗੀਆਂ ਘੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਨੋਟਾਂ ਦੇ ਥੱਬੇ ਤੁਹਾਨੂੰ ਨਜ਼ਰ ਆ ਰਹੇ ਨੇ ਅਤੇ ਐਂਟੀ ਕਰਪਸ਼ਨ ਬਿਊਰੋ ਦੇ ਅਧਿਕਾਰੀ ਜਿਹੜੇ ਨੇ ਉਹ ਹਿਸਾਬ ਕਿਤਾਬ ਲਗਾ ਰਹੇ ਨੇ ਕਿ ਕਿੰਨਾ ਟੋਟਲ ਹੋ ਰਿਹਾ ਹੈ, ਕਿੰਨੇ ਦੀਆਂ ਘੜੀਆਂ ਨੇ, ਕਿੰਨੇ ਆਈਫੋਨ ਨੇ, ਕਿੰਨੇ ਲੈਪਟੋਪ ਨੇ ਅਤੇ ਕਿੰਨੇ ਕੁੱਲ ਰੁਪਏ ਨੇ।
ਆਏ ਕਵਰ ਮੈਂ ਕਰ ਸਕਦਾ ਨਾ ਆਯੋਗ।